ਲਓ ਮੈਚ ਸ਼ੁਰੂ ਹੈ। ਸੇਖੂ ਬਾਦ ਦੀ ਟੀਮ ਆ ਗਈ ਇੱਧਰ ਖੇਤਾਂ ਵਾਲੀ ਸਾਈਡ ਤੇ ਦੂਸਰੇ ਪਾਸੇ ਤੁੰਗ ਵਾਲੀ ਦੀ ਟੀਮ। ਆ ਮੁੰਡਾ ਸੇਖੂ ਬਾਦ ਦਾ ਲਵੀ ਕਬੱਡੀ ਪਾਉਂਦਾ ਹੈ, ਇੱਕ ਪਾਸੇ ਕਸ਼ਮੀਰਾ ਖੜਾ ਫੂੰਦ ਵਾਲਾ ਤੇ ਦੂਸਰੇ ਪਾਸੇ ਦਰਸ਼ਕ ਵੀਰੇ ਆ ਮੁੰਡਾ ਫਲੇੜੇ ਵਾਲਾ ਪੀਤਾ ਤੇ ਉਧਰਲੇ ਪਾਸੇ ਕੂਲਰ ਪਏ ਨੇ। ਅੱਜ ਬੈਸਟ ਰੇਡਰ ਤੇ ਜਾਪੀ ਦੇ ਵਾਸਤੇ ਹੋਣਗੇ। ਹਾਂ ਵੀ ਇਹ ਨੰਬਰ ਕੀ ਦਾ ਸੇਵਕ ਸਟਾਰਟ ਨਾ ਕਰੋ। ਲਾਓ ਗੱਗਾ ਇਸ ਵੇਲੇ ਤੁੰਗ ਵਾਲੀ ਦਾ ਮੈਦਾਨ ਦੇ ਵਿੱਚ ਪਾਉਂਦਾ ਕਬੱਡੀ ਤੇ ਸੇਖੂ ਬਾਦ ਦੀ ਟੀਮ ਦੇ ਚਾਰ ਹਥਿਆਰ ਨੇ। ਇੱਕ ਪਾਸੇ ਜੱਗਾ ਖੜਾ ਹੈ ਝਰੀਰ ਵਾਲਾ ਤੇ ਦੂਜੇ ਪਾਸੇ ਸ਼ਿੰਦਾ ਬਿੰਦਰ ਕਾਲਾ, ਆ ਮੁੰਡਾ ਕੋਟ ਫੱਤੇ ਵਾਲਾ ਜ਼ਿਲ੍ਹਾ ਬਠਿੰਡੇ ਦਾ ਤੇ ਦੂਜੇ ਪਾਸੇ ਤੁੰਗ ਵਾਲੀ ਦਾ ਨੌਜਵਾਨ। ਕਹਿੰਦੇ ਇਸ ਵੇਲੇ ਭੀਰੇ ਦਾ ਭਤੀਜਾ ਪੁਆਇੰਟ ਦਾ ਵਾਧਾ ਕਰ ਗਿਆ ਰਘਵੀਰ ਸਿੰਘ ਭੀਰੇ ਦਾ ਭਤੀਜਾ। ਲਓ ਗੁਰਸੇਵਕ ਸੇਬੀ ਦੀ ਛੇੜ ਵੀ ਕਾਬਲ ਨੰਗਲੇ ਵਾਲਿਆ ਗੱਲ ਆ ਗਿਆ ਸੇਬੀ ਇਸ ਵੇਲੇ ਕਬੱਡੀ ਪਾਉਣ ਦੇ ਲਈ। ਬੀਤੇ ਨੇ ਕਹਿੰਦੇ ਕੂਲਰ ਦਾ ਛੂ ਪਾ ਕੇ ਤੇ ਚੈੱਕ ਕਰ ਲਿਆ, ਇੱਕ ਜੱਫਾ ਹੋ ਗਿਆ। ਕੂਲਰ ਬੈਸਟਾਂ ਦੇ ਲਈ ਹੋਣਗੇ, ਕੌਣ ਜਿੱਤੂ ਇਹ ਸਮੇਂ ਦੀ ਗੱਲ ਹੋਣੀ ਹੈ। ਸੇਬੀ ਐਨ ਵਧਿਆ ਹੋਇਆ ਬੀਤਾ ਤੇ ਸੇਬੀ ਬੱਲੇ 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 ਸਵਾਦ ਕਬੱਡੀ ਦਾ ਲੱਗਿਆ ਹੋਇਆ ਜੋਰ ਚੱਲਦੀ ਹੋਈ ਕੋਚ ਬੱਲੇ 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 ਤੇ ਜੱਫੇ। ਕਦੇ ਇਹ ਦੋਏ ਖਿਡਾਰੀ ਇੱਕ ਟੀਮ ਦੇ ਵਾਸਤੇ ਖੇਡਦੇ ਨੇ, ਅੱਜ ਆਹਮਣੇ ਸਾਹਮਣੇ ਨੇ। ਇਹ ਗੱਲ ਟਾਈਮ ਦੀ ਹੈ, ਜਿਹੜਾ ਜੱਜ ਲੋਕਾਂ ਦੇ ਫੈਸਲੇ ਕਰਦਾ ਕਦੇ ਟਾਈਮ ਉਹ ਆ ਜਾਂਦਾ, ਉਹਨੂੰ ਵੀ ਵਕੀਲ ਕਰਨਾ ਪੈ ਜਾਂਦਾ, ਉਹਨੂੰ ਵੀ ਵਕੀਲ ਕਰਨਾ ਪੈ ਜਾਂਦਾ। ਗੱਲ ਸਮੇਂ ਦੀ ਹੈ ਤੇ ਮੈਦਾਨ ਦੇ ਵਿੱਚ ਇਸ ਵੇਲੇ ਪੈਂਦੀ ਕਬੱਡੀ ਸਾਹਮਣੇ ਆਪਾਂ ਤੱਕਦੇ ਹਾਂ। ਚਾਰ ਯਾਫੀ ਨੇ ਸੇਖੂ ਬਾਦ ਦੀ ਟੀਮ ਦੇ ਤੇ ਸਾਹਮਣੇ ਤੁੰਗ ਵਾਲੀ ਦਾ ਨੌਜਵਾਨ ਪਾਉਂਦਾ ਹੈ ਕਬੱਡੀ। ਗੁਰਧਿਆਨ ਪੁਆਇੰਟ ਦਾ ਵਾਧਾ ਕਰ ਗਿਆ, ਗੁਰਧਿਆਨ ਪੁਆਇੰਟ ਦਾ ਵਾਧਾ ਕਰ ਗਿਆ। ਲਓ ਪੀਤਾ ਜਿੰਨੇ ਜਫੇ ਲਾਊਗਾ ਉਹਨੇ ਸਾਡੇ ਸ਼੍ਰੀ ਗੁਰੂ ਰਵਿਦਾਸ ਕਮੇਟੀ ਦੇ ਵੱਲੋਂ 50,000 ਰੁਪਏ ਹੋਣਗੇ ਫਲੇੜੇ ਵਾਲਾ ਪੀਤਾ ਤੇ ਕਸ਼ਮੀਰਾਂ ਜਿੰਨੇ ਵੀ ਜਫੇ ਲਾਉਣਗੇ। ਐਨ ਵੱਡੇ ਇਨਾਮ ਹੋਣਗੇ ਤੇ ਆ ਗਿਆ ਲਵੀ, ਪਹਿਲਾਂ ਜੱਫਾ ਖਾ ਬੈਠਿਆ, ਹੁਣ ਵੇਖਦੇ ਹਾਂ ਵੀ ਚਾਰਾਂ ਦੇ ਵਿੱਚੋਂ ਕੌਣ ਲਾਊ ਇਹ ਸਮੇਂ ਦੀ ਗੱਲ ਤੇ ਕਸ਼ਮੀਰਾ ਤੇ ਲਵੀ ਬੱਲੇ 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 ਰੌਲਾ ਰੱਪਾ ਜਾ ਪਾ ਦੋ ਜੇ ਸਵਾਦ ਆ ਗਿਆ। ਵਾਹ ਵਾਹ ਨੌਜਵਾਨ ਨੂੰ ਲਓ 100 ਰੁਪਈਆ। ਲਓ ਮੈਦਾਨ ਦੇ ਵਿੱਚ ਕੱਦ ਛੋਟਾ ਉਮਰ ਛੋਟੀ ਹੈ ਪਰ ਗੱਲ ਬੰਦੇ ਦੇ ਜੁਰਕੇ ਦੀ ਹੈ, ਗੱਲ ਕਹਿੰਦੇ ਬੰਦੇ ਦੇ ਸਰੀਰ ਦੀ ਹੈ, ਕਮਾਏ ਹੋਏ ਜੁੱਸੇ ਦੀ ਹੈ, ਗੱਲ ਤਾਕਤ ਦੀ ਹੈ। ਆਹ ਵੇਖੋ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਤੇ ਟੈਕਨੀਕਲ ਪੁਆਇੰਟ ਨੀ ਟੂ ਬ੍ਰੇਟਿਆਂ ਵਾਲਾ ਕਹਿੰਦਾ ਰੇਡਰ ਦੇ ਵਾਸਤੇ ਜੁੜ ਗਿਆ। ਉੱਠ ਕੇ ਸਵੇਰੇ ਰੇਸ ਪਟੜੀ ਤੇ ਲਾਈ ਦੀ, ਮਾਰੀ ਦੇ ਨੇ ਡੰਡ ਤੇ ਖੁਰਾਕ ਖੁੱਲੀ ਖਾਈ ਦੀ, ਧਰਵੇ ਹਰਿਆਉ ਪੱਲਾ ਫੜ ਗੁਰੂ ਪੀੜ ਦਾ, ਫੇਰ ਮੁੱਲ ਪੈਂਦਾ ਵੀ ਗਰਾਊਂਡਾਂ 'ਚ ਸਰੀਰ ਦਾ, ਫੇਰ ਮੁੱਲ ਪੈਂਦਾ ਵੀ ਗਰਾਊਂਡਾਂ 'ਚ ਸਰੀਰ ਦਾ। ਲਓ ਆ ਗਿਆ ਮੁੰਡਾ ਸੇਬੀ, ਲੈ ਵੀ ਮਿੱਤਰਾ ਛੇੜ ਕਹਾਣੀ ਕਾਬਲ ਨੰਗਲੇ ਵਾਲਿਆ। ਕਸ਼ਮੀਰਾ ਫੁੱਲ ਵਾਲਾ ਕਹਿੰਦੇ ਡੋਗਰ ਦਾ ਚੰਡਿਆ ਹੋਇਆ, ਚੇਲਾ ਵੀ ਡੋਗਰਾ ਐਨ ਚੰਡਿਆ ਨਾ, ਜਿਹੜਾ ਦੁਨੀਆਂ ਦੇ ਵਿੱਚ ਧੰਨ ਧੰਨ ਕਰਵਾਉਂਦਾ ਤੇ ਫਲੇੜੇ ਵਾਲਾ ਐਨ ਬੱਲੇ ਬੱਲੇ ਹੋ ਗਈ ਤੇ ਬੀਤੇ ਦਾ ਤੀਜਾ ਜੱਫਾ ਹੋ ਗਿਆ। ਕਹਿੰਦੇ ਬੈਸਟਾਂ ਲਈ ਕੂਲਰ ਕਬੱਡੀ ਪਾਉਣ ਦੇ ਲਈ ਧਰਮਾ ਜੀ ਕਰੋ ਗੱਲ ਇਸ ਮੁੰਡੇ ਦੀ। ਇੱਧਰ ਕਾਲਾ ਸੈਕਟਰੀ ਕਹਿੰਦਾ ਕੋਟ ਫੱਤੇ ਵਾਲਾ ਜੇ ਛਿੰਦਾ ਜੱਫਾ ਲਾਉਂਦਾ ਤਾਂ 100 ਰੁਪਏ ਦੇ ਮਾਣ ਹੋਣਗੇ। ਜੱਗੇ ਝਰੀਰ ਵਾਲਿਆ ਫਾਈਨਲ ਮੈਚ ਹੈ ਅੱਜ ਦੇ ਦਿਨ ਦਾ, ਪਰ ਆਹ ਵੇਖੋ ਵੀ ਗੁਰਧਿਆਨ ਸਿੰਘ ਪੁਆਇੰਟ ਦਾ ਵਾਧਾ ਕਰਦਾ ਹੋਇਆ ਇਸ ਵੇਲੇ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਧਾ ਕਰ ਗਿਆ ਤੁੰਗ ਵਾਲੀ ਦੀ ਟੀਮ ਦੇ ਲਈ। ਲਓ ਲਵਪ੍ਰੀਤ ਸਿੰਘ ਲਵੀ ਸੇਖੂ ਬਾਸ, ਇਹ ਦਰਸ਼ਕ ਵੀਰੋ ਲਹਿਰਾ ਗਾਗਾ ਵਿਧਾਨ ਸਭਾ ਹਲਕਾ ਪੈਂਦਾ, ਲਹਿਰਾ ਗਾਗਾ ਵਿਧਾਨ ਸਭਾ ਹਲਕਾ ਪੈਂਦਾ ਤੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਗੱਭਰੂ ਅੱਗੇ ਵੱਲ ਵਾਧਾ ਹੋਇਆ ਤੇ ਦੂਜੇ ਪਾਸੇ ਤੁੰਗ ਵਾਲੀ ਦੀ ਟੀਮ ਦੇ ਚਾਰ ਹਥਿਆਰ ਨੇ। ਕੌਣ ਚੱਲਦਾ, ਕੌਣ ਇਸ ਨੌਜਵਾਨ ਦੇ ਧੌਣ 'ਚ ਹੱਥ ਪਾਉਂਦਾ? ਆਹ ਵੇਖੋ ਜਦੋਂ ਕਸ਼ਮੀਰੇ ਫੂਲਦ ਵਰਗਾ ਹੱਥ ਧੌਣ ਵਿੱਚ ਪਾਉਂਦਾ ਬਈ ਫਿਰ ਵੇਖ ਨਜ਼ਾਰਾ, ਵੇਖ ਨਜ਼ਾਰਾ ਆਉਂਦਾ ਬਈ ਫਿਰ ਵੇਖ ਨਜ਼ਾਰਾ। ਲਓ ਲਵੀ ਇਸ ਵੇਲੇ ਪੁਆਇੰਟ ਦਾ ਵਾਧਾ ਕਰ ਗਿਆ ਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਗਗਨ ਤੇ ਕੱਲ ਸਾਡਾ ਵੀਰ ਕਾਬਲ ਨਗਲੇ ਵਾਲਾ ਕਰੇਗਾ। ਆ ਗਿਆ ਗੱਗੂ ਵੀ ਚਾਚਾ ਵੀ ਤਕੜਾ ਖੇਡਿਆ, ਭਤੀਜੇ ਦੀ ਵੀ ਪੂਰੀ ਆ ਚੜ੍ਹਤ ਵੀ, ਗੱਗੂ ਪਾਉਂਦਾ ਏ ਕਬੱਡੀ ਨਾਲ ਮੜਕ ਵੀ ਲੈ ਵੀ ਜੱਗਿਆ, ਚੈੱਕ ਕਰ ਮੁੰਡੇ ਦੇ ਜਿਸਮ ਦੇ ਵਿੱਚ ਭਰਿਆ ਕੀ ਆ, ਬੜੀ ਤੇਜ ਬੱਲੇ 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 ਕਬੱਡੀ ਕਬੱਡੀ ਤੇ ਸਵਾਦ ਐਨ ਤੇ ਗੱਗੂ ਭੱਜ ਤੁਰਿਆ ਵੀ ਹੁਣ ਨੀ ਡਾ ਦਿੰਦਾ ਭਾਵੇਂ ਪਿੱਛੇ ਘੋੜੀਆਂ ਲਾ ਲਓ, ਐਨ ਸਵਾਦ ਕਬੱਡੀ ਦਾ। ਧਰਮਾ ਜੀ ਕਰੋ ਗੱਲ ਤੇ ਮੁੰਡਾ ਆ ਗਿਆ ਕਬੱਡੀ ਫੈਸਟ ਟ੍ਰੇਡਰ ਤੇ ਜਾਪੀ ਦੇ ਵਾਸਤੇ ਜਿੱਥੇ ਕੂਲਰ ਦਿੱਤੇ ਜਾਣਗੇ।
लखे मिस्त्री वालों 100-100 रुपया फर्स्ट ट्रेडर के जापी के वास्ते मेरे को 200 का नोट पुज गया जिहड़ा पीले जे रंग का नवा कढ़िया ते मैदान दे विच पैंदी कबड्डी फलेड़े वाला बीता ओ अज मेला लुट गया मेला लुट गया मेला लुट गया फलेड़े वाला बीता मैदान दे विच इस वेले लाउंदा होया जफ्फा कम कदे भी करदा नहीं हो झगड़े झड़े दा आ वेखो कित्ता जफ्फे लाउंदा ओ बीता पिंड फलेड़े दा आ तुन तुन जफ्फे लाउंदा एक बारी तारी जोरदार मार दिओ ਧਾਰੀ ਜ਼ੋਰਦਾਰ ਮਾਰ ਦਿਓ ਤੇ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਗੁਰਧਿਆਨ ਦੀ ਤੇ ਗੱਲ ਕਾਬਲ ਨਗਲੇ ਵਾਲਾ ਕਰੇਗਾ ਆ ਗਿਆ ਇੱਕ ਗੁਰਧਿਆਨ ਦੜਬੇ ਦਾ ਫੋੜਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਤੇ ਦਿੱਲੀ ਪਾਸੇ ਵੇਖਦੇ ਆ ਗੁਰਧਿਆਨ ਦੀ ਪਈ ਹੋਈ ਕਬੱਡੀ ਤੇ ਜਾਫੀ 4 ਕੋਟ ਪੱਤੇ ਵਾਲਾ ਪਰ ਡਬਲ ਹੋ ਗਿਆ ਨੌਜਵਾਨਾਂ ਤੇ ਜੱਗਾ ਸੱਚੀ ਬੋਲੀ ਬੋਲਦਾ ਪੁਆਇੰਟ ਰੇਡਰ ਦਾ ਲਭੀ ਆ ਗਿਆ ਕਬੱਡੀ ਪਾਉਣ ਦੇ ਲਈ ਇਹਦੀ ਬੜੀ ਚਰਚਾ ਹੋਈ ਹੈ ਇਹਨੇ ਸਾਧਨ ਵਾਸਤੋਂ ਵੀ 5 ਕਿਲੋ ਘਿਓ ਜਿੱਤਿਆ ਬੈਸਟ ਰੇਡਰ ਦਾ ਪਰ ਅੱਜ ਕੂਲਰ ਕੌਣ ਜਿੱਤੂ ਇਹ ਸਮੇਂ ਦੀਆਂ ਗੱਲਾਂ ਹੋਣੀਆਂ ਮੇਰੇ ਪੰਜਾਬੀ ਵੀਰੋ ਲਭੀ ਨੌਜਵਾਨ ਨੂੰ ਫੜੋ ਤਿਆਰੀ ਤੇ ਬੀਤਾ ਐਨ ਬੈਸਟਾਂ ਦੀ ਦੌੜ ਦੇ ਵਿੱਚ ਅੱਗੇ ਪੱਲੇ 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 ਲੱਗਿਆ ਹੋਇਆ ਜੋਰ ਸੋਹਣੀ ਖੇਡ ਕਬੱਡੀ ਦੀ ਵੇਖੋ ਐਨ ਪੱਲੇ 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 ਸਵਾਦ ਸਵਾਦ ਕਬੱਡੀ ਦਾ ਐਨ ਸਮਾਂ ਬੀਤ ਗਿਆ ਤੇ ਜਾਫੀ ਦਾ ਜਿਹਨੂੰ ਜਿਹਨੂੰ ਜੱਫਾ ਵਧੀਆ ਲੱਗਿਆ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਲਓ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਤੁੰਗਵਾਲੀ ਵਾਲਾ ਫਿਰ ਅੱਗੇ ਵੱਲ ਵੱਧਦਾ ਹੋਇਆ ਰਘਵੀਰ ਸਿੰਘ ਵੀਰਾ ਆਪਣੇ ਸਮੇਂ ਦੇ ਵਿੱਚ ਤਕੜੀ ਕਬੱਡੀ ਖੇਡੀ ਹੈ ਜੋ ਕਿ ਡਾਇਰੈਕਟਰ ਨੇ ਤੇ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਦੇ ਸਾਹਮਣੇ ਗੱਲ ਕੀ ਬਣਦੀ ਹੈ ਆਹ ਵੇਖੋ ਉੱਖੜਦੇ ਹੋਏ ਪੱਬ ਆਹ ਮੁੰਡਾ ਦਰਸ਼ਕ ਵੀਰੋ ਮੈਦਾਨ ਦੇ ਵਿੱਚ ਬੱਲੇ 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 ਕਾਲਾ ਕਾਲਾ ਸੇਖੂ ਬਾਸ ਵਾਲਾ ਤੇ ਦੂਸਰੇ ਪਾਸੇ ਗਗਨ ਵੀ ਫੜਨਾ ਨਹੀਂ ਸੁਖਾਲਾ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਗਿਆ ਨੌਜਵਾਨ ਤੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਪਹੁੰਚ ਗਿਆ ਇਸ ਵੇਲੇ ਬਿਲਕੁਲ ਹੰਧਿਆਂ ਦੇ ਉੱਤੇ ਤਿਆਰੀ ਕਰਦਾ ਹੈ ਲਓ ਕੱਦ ਛੋਟਾ ਜਿਹੜਾ ਬੀਤੇ ਲਵੇ ਆਇਆ ਨਾਮ ਵਕੀਲ ਹੈ ਹੁਣ ਸਾਹਮਣੇ ਹੱਥ ਜੋੜੀ ਵੇਖਦੇ ਹਾਂ ਕਿ ਮੁੰਡਾ ਕਰਦਾ ਕਿ ਨਹੀਂ ਇਹ ਤਾਂ ਗੱਲ ਸਮੇਂ ਦੀ ਹੈ ਲਓ ਇੱਕ ਪਾਸੇ 2 ਅੱਖਾਂ ਤੇ ਦੂਜੇ ਪਾਸੇ 8 ਅੱਖਾਂ ਨੇ ਹੁਣ 2 × 4 2 ਤੋਂ 4 ਅੱਖਾਂ ਕਿਹਦੇ ਨਾਲ ਹੋਣੀਆਂ ਨੇ ਕਿਹਦੇ ਨਾਲ ਹੋਣੀਆਂ ਨੇ ਫਲੇੜੇ ਵਾਲਾ ਬੀਤਾ ਅੱਜ ਤਾਂ ਧੌਣ ਤੇ ਧਰਦਾ ਹੱਥ ਤੇ ਪੁਆਇੰਟ ਸੇਬੀ ਜੋੜ ਗਿਆ ਇਸ ਵੇਲੇ ਸੇਖੂ ਵਾਸ ਦੀ ਟੀਮ ਦੇ ਵਾਸਤੇ ਲੈ ਵੀ ਗੁਰਧਿਆਨ ਦੀ ਕਬੱਡੀ ਤੇ ਕਰ ਮੁੰਡਿਆ ਗੱਲ ਆ ਗਿਆ ਗੁਰਧਿਆਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਹੁਣ 4 ਕੌਣ ਲਾਊ ਜੱਫਾ ਕਹਿੰਦੇ ਕੋਟ ਫੱਤੇ ਵਾਲਾ ਬਠਿੰਡੇ ਤੋਂ ਆਇਆ ਪੁੱਛੋ ਦੇ ਏਰੀਏ ਤੋਂ ਆਇਆ ਹੋਇਆ ਨਾਲ ਹੀ ਝਨੀਰ ਵਾਲਾ ਜੱਗਾ ਇਹਦੀ ਵੀ ਬੜੀ ਚਰਚਾ ਪੱਲੇ 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 ਸਵਾਦ ਕਬੱਡੀ ਦਾ ਤੇ ਪਰ ਐਨ ਨੌਜਵਾਨ ਗੁਰਧਿਆਨ ਇੱਕ ਤਕੜੇ ਪੁਆਇੰਟ ਦਾ ਕਰ ਵਾਧਾ ਮੈਚ ਸਮਾਪਤ ਇੱਕ ਜਕਾਰਾ ਵੀ ਲੱਗੇਗਾ ਬੋਲੇ ਸੋਨਾ ਸਤਿ ਸ੍ਰੀ ਅਕਾਲ ਫਾਰੀ ਦਾ ਕੋਚ ਟੀਮ ਫਸਟ ਤੁੰਗਵਾਲੀ ਦੀ ਸੈਕਿੰਡ ਸੇਖੂਵਾਸ ਜਾਫੀ ਕਸ਼ਮੀਰਾ ਤੇ ਬੀਤਾ ਬੀਤਾ ਰੇਡਰਾ